ਇਸ ਨੂੰ ਪੰਜਾਬ ਦੀ ਟੀਮ ਅੱਜ ਪਹੁੰਚੀ ਹੈ ਦੀਨਾ ਦੇ ਪਿੰਡ ਵਾਂਖੇ 'ਤੇ ਦੇਖੋ ਇੱਥੋਂ ਤੱਕ ਮੁੰਡਾ ਨਵਨੀਤ ਸਿੰਘ ਜੋ ਕਿ 26 ਸਾਲ ਦਾ ਸੀਗਾ ਔਰ ਇੱਥੋਂ ਘਰੋਂ ਟੂਰਿਸਟ ਵਿੱਚ ਗਏ ਤੇ ਉੱਥੇ ਜਾ ਕੇ ਪਤਾ ਲੱਗਾ ਵੀ ਰਸ਼ੀਆ 'ਚ ਜਾ ਕੇ ਉੱਥੇ ਉਹਨਾਂ ਦੀ ਫੌਜ ਵੱਲੋਂ ਫੜ ਲਿਆ ਗਿਆ ਅਤੇ ਉਹਨੂੰ ਉੱਥੇ ਜਬਰੀ ਭਰਤੀ ਕਰ ਲਿਆ ਆਰਮੀ 'ਚ। ਭਰਤੀ ਕਰਨ ਤੋਂ ਬਾਅਦ ਉਹਨਾਂ ਨੂੰ ਜੰਗ ਵਾਸਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰ ਅਸੀਂ ਉਹਨਾਂ ਦੇ ਪਰਿਵਾਰ ਕੋਲ ਮੌਜੂਦ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਦਾ ਬੇਟਾ ਇੱਥੋਂ ਕਦੋਂ ਗਿਆ ਸੀ, ਕਿੰਨੇ ਦਿਨ ਪਹਿਲਾਂ ਗਿਆ ਸੀ, ਕਿਹੜੇ ਏਜੰਟਾਂ ਨੇ ਭੇਜਿਆ ਔਰ ਕਿੰਨੇ ਪੈਸੇ ਦੇ ਕੇ ਭੇਜਿਆ। ਹਾਂਜੀ, ਸਾਡਾ ਉਹਨਾਂ ਦੀ ਮਾਤਾ ਵੀ ਮੌਜੂਦ। ਹਾਂਜੀ ਮਾਤਾ ਜੀ, ਤੁਹਾਡਾ ਬੇਟਾ ਕਦੋਂ ਘਰੋਂ ਗਿਆ ਸੀ ਅਤੇ ਕੀ ਤੁਹਾਨੂੰ ਕਹਿ ਗਿਆ ਸੀ? 4-5 ਮਹੀਨੇ ਹੋਈ ਹੈ ਉਹਨੇ ਮੇਰੇ ਹਿਸਾਬ ਨਾਲ ਤਾਂ। ਹਾਂਜੀ, ਅਤੇ ਉਹ ਗਏ ਸੀ, ਉਹ ਟੂਰਿਸਟ ਵੀਜ਼ੇ 'ਤੇ ਗਏ ਸੀ ਉੱਦਾਂ। ਅੱਗੇ ਹੁਣ ਉਹਨਾਂ ਨੂੰ ਪਤਾ ਨਹੀਂ ਕਿਹੜਾ ਬੰਦੇ ਲੱਭ ਗਏ ਨਿਆਣਿਆਂ ਨੂੰ, ਅਤੇ ਉਹ ਫਿਰ ਉੱਥੇ ਜਾ ਕੇ ਅਤੇ ਅੱਗੇ ਕਰਤੇ ਉਹਨਾਂ ਗਏ, ਅਤੇ ਉਹ ਰਸ਼ੀਆ ਦੇ ਬਾਰਡਰ 'ਤੇ ਕਿਤੇ ਫੜ ਲਏ ਉਹਨਾਂ ਨੇ, ਪੁਲਿਸ ਵਾਲਿਆਂ ਨੇ ਫੜੇ, ਅਤੇ ਉਹਨਾਂ ਫਿਰ ਆਰਮੀ ਦੇ ਅੰਡਰ ਕਰਤੇ ਅੱਗੇ, ਅਤੇ ਉਹ ਆਰਮੀ ਵਾਲਿਆਂ ਨੇ ਫਿਰ ਫੜ ਲਏ ਅਤੇ ਕਹਿੰਦੇ ਵੀ ਜਾਂ ਤੁਸੀਂ ਇੱਥੇ ਸਜ਼ਾ ਭੁਗਤੋ ਜਾਂ ਫਿਰ ਤੁਸੀਂ ਫਿਰ ਸਾਡੇ ਵਿੱਚ ਭਰਤੀ ਹੋ ਜਾਓ। ਅਤੇ ਉਹ ਮੁੰਡਿਆਂ ਉਹਨਾਂ ਸਾਰਿਆਂ ਨੇ ਇਹੋ ਸਲਾਹ ਕੀਤੀ, ਕਹਿੰਦੇ ਅਸੀਂ 10 ਸਾਲ ਕਿੱਥੇ ਸਜ਼ਾ ਭੁਗਤਣੀ ਹੈ, ਅਤੇ ਚੱਲ ਅਸੀਂ ਕਹਿੰਦੇ 1 ਸਾਲ ਲਈ ਰੱਖਣਾ ਤੁਹਾਨੂੰ, ਅਤੇ ਉਹ ਕਹਿੰਦੇ ਫਿਰ ਚੱਲ 1 ਸਾਲ ਲਈ ਅਸੀਂ ਚੱਲ ਇੱਥੇ ਰਹਿ ਜਾਂਦੇ ਹਾਂ ਵੀ ਰਹਿ ਪੈਂਦੇ ਹਾਂ। ਅਤੇ ਉਹ ਪਤਾ ਨਹੀਂ ਉਹਨਾਂ ਨੂੰ ਟ੍ਰੇਨਿੰਗ ਦੇ ਕਰਦੇ ਨੇ ਉਹ ਯੂਕਰੇਨ ਦੀ ਜੰਗ ਵਾਸਤੇ ਵੀ, ਅਤੇ ਇਹ ਦੋ ਮੁੰਡੇ ਸਾਡੇ ਜਿਹੜੇ ਨੇ ਇਹ ਉਰਾ ਹੀ ਨਾ, ਅਤੇ ਬਾਕੀ ਮੁੰਡੇ ਤਾਂ ਅੱਗੇ ਉਹਨਾਂ ਨੂੰ ਟ੍ਰੇਨਿੰਗ ਦੇ ਕਰਦੇ, ਅਤੇ ਇਹਨਾਂ ਨੂੰ ਵੀ ਹੁਣ ਕਹਿੰਦੇ ਭੇਜ ਦੇਣਾ ਅੱਗੇ, ਅਤੇ ਉਹ ਜਿਹੜੇ ਅਗਲੇ ਮੁੰਡੇ ਨੂੰ ਉਹ ਗਾਂਹ ਭੇਜ ਦੇਣੇ, ਨਹੀਂ ਪਤਾ ਹੁਣ ਜੰਗ 'ਚ ਭੇਜਣੇ ਕਿੱਥੇ ਭੇਜਣੇ ਸਾਨੂੰ ਇੰਨਾ ਵੀ ਨਹੀਂ ਪਤਾ। ਹਾਂਜੀ, ਅਤੇ ਉਹ ਹੁਣ ਸਾਨੂੰ ਇਹੋ ਪਤਾ ਲੱਗਾ ਵੀ ਉਹ ਮੁੰਡੇ ਆ ਸਾਡਿਆਂ ਨੂੰ ਵੀ ਕੱਲ੍ਹ ਪਰਸੋਂ ਤੱਕ ਵੀ ਭੇਜ ਦੇਣਾ ਅੱਗੇ। ਤੁਸੀਂ ਕੀ ਅਪੀਲ ਕਰਦੇ ਹੋ? ਅਸੀਂ ਇਹੋ ਕਰਨੇ ਵੀ ਸਾਡੇ ਮੁੰਡੇ ਵਾਪਸ ਆਉਣੇ ਚਾਹੀਦੇ ਉੱਥੋਂ। ਹਾਂਜੀ, ਸਾਡਾ ਉਹਨਾਂ ਦੀ ਭੈਣ ਮੌਜੂਦ ਹੈ, ਗੱਲਬਾਤ ਕਰਾਂਗੇ। ਭੈਣ ਜੀ, ਤੁਹਾਨੂੰ ਇਹ ਕਿੱਦਾਂ ਪਤਾ ਲੱਗਾ ਕਿ ਇਹ ਮੁੰਡਾ ਤੁਹਾਡਾ ਬਾਹਰ ਚਲਾ ਗਿਆ, ਕਿੰਨੇ ਦਿਨ ਪਹਿਲਾਂ ਗਿਆ ਸੀ ਅਤੇ ਕਿੰਨੇ ਪੈਸੇ ਲੱਗ ਗਿਆ ਸੀ? ਰਵਨੀਤ ਸਾਡੇ ਨੂੰ 4-5 ਮਹੀਨੇ ਹੋ ਗਿਆ ਘਰੋਂ ਗਿਆ ਨੂੰ, ਅਤੇ ਪੈਸੇ ਤਾਂ ਅਸੀਂ 10-11 ਲੱਖ ਰੁਪਇਆ ਲਾਇਆ ਸੀ। ਅਤੇ ਕੀ ਪਤਾ ਕਿੱਦਾਂ ਲੱਗਾ ਕਿਵੇਂ ਫਸਿਆ ਮੁੰਡਾ? ਉਹਦੀ ਵੋਇਸ ਕਾਲ ਰਿਕਾਰਡਿੰਗ ਆਈ ਸੀਗੀ, ਉਦੋਂ ਤਾਂ ਫੋਨ ਤਾਂ ਨਹੀਂ ਦਿੰਦੇ ਆਰਮੀ ਵਾਲੇ ਉਹਨਾਂ ਨੂੰ, ਪਰ ਇੱਕ ਦਿਨ ਉਹਨਾਂ ਨੇ ਲਾਗੇ ਖਲੋ ਕੇ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਘਰ ਇਨਫੋਰਮ ਕਰ ਦਿਉ ਵੀ ਇੱਦਾਂ ਦਾ ਹੀ ਫਸ ਗਏ ਹਾਂ। ਫਿਰ ਤਾਂ ਉਹਨਾਂ ਨੇ ਦੱਸਿਆ ਵੀ ਇੱਦਾਂ ਸਾਨੂੰ ਆਰਮੀ ਨੇ ਫੜ ਲਿਆ, ਅਤੇ ਉਹ ਕਹਿੰਦੇ ਆ ਵੀ ਜਾਂ ਫਿਰ ਸਾਨੂੰ 10 ਸਾਲ ਦੀ ਤੁਹਾਨੂੰ ਸਜ਼ਾ ਦੇਣੀ ਆ ਵੀ ਤੁਸੀਂ ਅੰਦਰ ਰੱਖਾਂਗੇ ਜੇਲ੍ਹ ਦੇ, ਜੇ ਨਹੀਂ ਤਾਂ ਫਿਰ ਤੁਸੀਂ 1 ਸਾਲ ਦੇ ਲਈ ਆਰਮੀ ਜੁਆਇਨ ਕਰ ਲਓ। ਅਤੇ ਫਿਰ ਉਹਨਾਂ ਨੇ ਸ਼ਾਇਦ ਜ਼ਬਰਦਸਤੀ ਫੋਮ ਸ਼ਾਇਦ ਕੋਈ ਸਾਇੰਸ ਵੂਨ ਕੀਤੇ ਹੋਣੇ ਬੋਂਡ ਨਿਆਣਿਆਂ ਨੇ, ਅਤੇ ਜਿਹੜੇ ਇਹਦੇ ਪਹਿਲੇ ਗਰੁੱਪ ਹੀ ਉਹ ਚਾ ਗਾਂਹ ਚੱਲ ਗਏ ਤਾਂ ਇਹ 2 ਏਜ ਘੱਟ ਹੋਣ ਕਰਕੇ ਤਾਂ ਇਹਨਾਂ ਨੂੰ ਪਿੱਛੇ ਰੱਖੇ ਦਾ ਹੀ, ਅਤੇ ਥੋੜ੍ਹੇ ਕੁ ਦਿਨਾਂ ਤੱਕ ਕੱਲ੍ਹ ਪਰਸੋਂ ਤੱਕ ਇਹਨਾਂ ਨੇ ਵੀ ਕਹਿੰਦੇ ਵੀ ਤੁਹਾਨੂੰ ਗਾਂਹ ਸ਼ਿਫਟ ਕਰ ਦੇਣਾ। ਹੁਣ ਇਹ ਨਹੀਂ ਪਤਾ ਵੀ ਗਾਂਹ ਉਹਨਾਂ ਨੂੰ ਕਿੱਥੇ ਸ਼ਿਫਟ ਕਰਨਾ ਹੈ, ਅਤੇ ਟ੍ਰੇਨਿੰਗ ਦੇਣੀ ਆ ਹੁਣ ਇਹ ਨਹੀਂ ਪਤਾ ਵੀ ਆਰਮੀ ਵਾਲੇ ਤਾਂ ਇਹ ਤਾਂ ਨੋਰਮਲੀ ਗੱਲ ਆ ਵੀ ਆਰਮੀ ਵਾਲਿਆਂ ਨੇ ਆਪਣੀ ਟ੍ਰੇਨਿੰਗ ਦੇਣੀ ਆ ਕੋਈ ਚਲਾਉਣ ਚਲਾਉਣ ਦੀ ਕੋਈ ਅਸਲਾ ਵਗੈਰਾ, ਕੱਲ੍ਹ ਪਰਸੋਂ ਤੱਕ ਸ਼ਾਇਦ ਇਹਨਾਂ ਨੂੰ ਵੀ ਗਾਂਹ ਭੇਜ ਦੇਣਾ ਆ। ਤੁਸੀਂ ਕੀ ਅਪੀਲ ਕਰਦੇ? ਅਪੀਲ ਇਹੀ ਆ ਵੀ ਬੱਚੇ ਸਾਡੇ ਘਰ ਵਾਪਸ ਆਉਣ। ਤੁਸੀਂ ਦੇਖੋ ਵੀ ਇਹ ਬੜਾ ਗਰੀਬ ਜਿਹਾ ਪਰਿਵਾਰ ਆ ਔਰ ਛੋਟੀ ਜਿਹੀ ਫੈਮਿਲੀ ਔਰ ਇਕੱਲਾ ਬੇਟਾ 26 ਸਾਲ ਦਾ ਜੋ ਕਿ ਕੁਆਰਾ ਸੀ, ਔਰ ਇਹ 2 ਭੈਣਾਂ ਨੇ, ਔਰ ਇਸ ਯੂਕਰੇਨ ਦੀ ਜੰਗ ਵਾਸਤੇ ਉਹਨਾਂ ਨੂੰ ਫੌਜ ਤੋਂ ਫੜ ਲਿਆ ਗਿਆ ਔਰ ਹੁਣ ਤੋਂ ਬਾਅਦ ਉਹਨੂੰ ਭਰਤੀ ਫੌਜ ਕੀਤਾ ਗਿਆ ਔਰ ਜੰਗ ਵਾਸਤੇ ਭੇਜਿਆ ਜਾ ਰਿਹਾ। ਪਰਿਵਾਰ ਦੀ ਇਹੀ ਅਪੀਲ ਆ ਕਿ ਬੱਚੇ ਨੂੰ ਸਾਡੇ ਨੂੰ ਘਰ ਸਹੀ ਸਲਾਮ ਲਿਆਉਂਦਾ ਜਾਵੇ। ਨਿਊਜ਼ 18 ਪੰਜਾਬ ਲਈ ਪਿੰਡ ਵਾਂਖਾ ਤੋਂ ਬਿਸ਼ੰਬਰ ਬਿੱਟੂ।